ਗੁਰਦਿਆਲ ਸਿੰਘ ਹੁਰੀ ਜਦੋਂ ਸੀ ਪਰਸਾ ਨਾਵਲ ਉਹਨਾਂ ਦਾ ਪੜ੍ਹਦੇ ਆਂ ਜਦੋਂ ਨਾਵਲ ਖੁੱਲ੍ਹਦਾ ਤਾਂ ਚੁੱਪ ਦਾ ਰਾਜ਼ ਵਰਕੇ ਤੇ ਲਿਖਿਆ ਹੋਇਆ ਤੇ ਉਹਦੇ ਵਿੱਚ ਉਹ ਲਿਖਦੇ ਨੇ ਕਿ ਲੇਖਕ ਜਦੋਂ ਵੀ ਲਿਖਦਾ ਹੈ ਤਾਂ ਕੁਝ ਜਿਹੜੇ ਪਾਠਕ ਨੇ ਪੜ੍ਹ ਕੇ ਬੜਾ ਖੁਸ਼ ਹੁੰਦੇ ਨੇ ਕੁਝ ਜਿਹੜੇ ਨੇਗੇ ਉਹ ਨਾ ਖੁਸ਼ ਵੀ ਹੋ ਜਾਂਦੇ ਨੇਗੇ ਪਰ ਲੇਖਕ ਹਮੇਸ਼ਾ ਆਪਣੀ ਹੈਸੀਅਤ ਦੇ ਅਕੋਰਡਿੰਗ ਹੀ ਲਿਖ ਸਕਦਾ ਹੈ ਜਿੰਨੇ ਜੋਗਾ ਹੁੰਦਾ ਉਹਨਾਂ ਹੀ ਲਿਖਦਾ ਹੈ ਜੀ ਪਰ ਤੁਸੀਂ ਇੰਨੇ ਜੋਗੇ ਕਿਵੇਂ ਹੋਏ ਅੱਛਾ ਇੱਕ ਤਾਂ ਜਿਹਾ ਤੁਸੀਂ ਇੰਨਾ ਕੀਤਾ ਮੈਨੂੰ ਨਹੀਂ ਲੱਗਦਾ ਕੀ ਅਸੀਂ ਇੰਨੇ ਜੋਗੇ ਹੈਗੇ ਆ ਅਸੀਂ ਤੇ ਇਹਨੇਖ ਜੋਗੇ ਹੈ ਪਹਿਲੀ ਗੱਲ ਤਾਂ ਇਹ ਜਦੋਂ ਤੁਸੀਂ ਤਖੱਲੁਸ ਦੀ ਗੱਲ ਕੀਤੀ ਸੀ ਇਤفاق ਨਾਲ ਸਰਤਾਜ ਹੋਏ ਆ ਪਰ ਅੱਜ ਤੱਕ ਵੀ ਲੱਗਦਾ ਨਹੀਂ ਹੈ ਇਸੇ ਕਰਕੇ ਮੈਂ ਕਹਿ ਸਕਦਾ ਕਿ ਬੜੀਆਂ ਲੰਮੀਆਂ ਨਾਵਾਂ ਨੇ ਇਸ ਦਿਨ ਤਾਂ ਸਰਤਾਜ ਦੀਆਂ ਪਰ ਇਹਨੇ ਜੋਗੇ ਵਾਲੀ ਜਿਹੜੀ ਗੱਲ ਹੈ ਕਿ ਤਕਰੀਬਨ ਇੱਕ ਅਰਸੇ ਹੀ ਹੋ ਗਿਆ ਹੋਣਾ ਇੱਕ ਦਹਾਕਾ ਮੇਰੇ ਜ਼ਿਹਨ 'ਚ ਆਇਆ ਸੀ ਜਦੋਂ ਦੋਕਰ ਲੱਗਿਆ ਕਿ ਯਾਰ ਇਹ ਸਾਡੀ ਨਮਾਇੰਦਗੀ ਕਰਦੇ ਨੇ ਲਿਟਰੇਚਰ ਦੀ ਸਾਡੀ ਪੈਰਵਾਈ ਕਰਦੇ ਨੇ ਜਾਂ ਸਾਰੀਆਂ ਚੀਜ਼ਾਂ ਤੇ ਮੈਨੂੰ ਆਪਣੇ ਆ ਮੋਢਿਆਂ ਤੇ ਥੋੜਾ ਜਿਹਾ ਵਜ਼ਨ ਮਹਿਸੂਸ ਹੋਇਆ ਕਿ ਯਾਰ ਤੇਰੇ ਲੋਕੀ ਤੇਰੇ ਤੋਂ ਹੁਣ ਵੱਧ ਉਮੀਦਾਂ ਕਰਦੇ ਨੇ ਤੂੰ ਓਡਾ ਕਦ ਹੋਵੇਂਗਾ ਉਹ ਜਿੱਡੀ ਹਾਮੀ ਭਰਦੇ ਨੇ ਗਾ ਨਗਮਾ ਸਰਤਾਜ ਸਤਿੰਦਰਾ ਹੁਣ ਜੋਗੀ ਦੀ ਬੀਨ ਜਿਹਾ ਇੱਕ ਵਾਰੀ ਜੇ ਠੋਕਰ ਲੱਗ ਜਾਏ ਹੋਵੇਂ ਨਾ ਗਮਗੀਨ ਜਿਹਾ ਅਗਲੀ ਵਾਰੀ ਇਸ ਤੋਂ ਜ਼ਿਆਦਾ ਲੈ ਕੇ ਤਰੀ ਯਕੀਨ ਜਿਹਾ ਸੋ ਇਸ ਕਰਕੇ ਉਹ ਯਕੀਨ ਜ਼ਰੂਰ ਹੈਗਾ ਦੂਸਰੀ ਗੱਲ ਹੈ ਕਿ ਜਿੰਨੇ ਜੋਗੇ ਆ ਉਹ ਤੁਹਾਨੂੰ ਤੁਹਾਡੇ ਨੂੰ ਸਾਨੂੰ ਸਾਡੇ ਵਰਗੇ ਲੋਕ ਦੱਸ ਸਕਦੇ ਆ ਜਾਂ ਜਿਹੜੇ ਉਹ ਦੇਖਦੇ ਆ ਉਹ ਦੱਸ ਸਕਦੇ ਆ ਤੁਸੀਂ ਆਪ ਨਹੀਂ ਦੱਸ ਸਕਦੇ ਤੁਸੀਂ ਕਿੰਨੇ ਜੋਗੇ ਹੋ ਔਰ ਦੱਸਣਾ ਚਾਹੀਦਾ ਵੀ ਨਹੀਂ ਔਰ ਪਤਾ ਵੀ ਨਹੀਂ ਹੁੰਦਾ ਇਹਨਾਂ ਨਾਲ ਤੁਹਾਨੂੰ ਤੇ ਸਾਰਾ ਕੁਝ ਵਧੀਆ ਹੀ ਲੱਗਦਾ ਹੁੰਦਾ ਸੋ ਆਪਣੇ ਔਗਣ ਤੁਸੀਂ ਆਪ ਪਛਾਣਨ ਲੱਗ ਜਾਓ ਫਿਰ ਤੇ ਤੁਸੀਂ ਜਾਂ ਫਕੀਰ ਹੋਵੋਗੇ ਜਾਂ ਸੰਤ ਹੋਵੋਗੇ ਆਮ ਇਨਸਾਨ ਮੇਰੇ ਵਰਗਾ ਬੰਦਾ ਇਸ ਤਰ੍ਹਾਂ ਦੀਆਂ ਚੀਜ਼ ਖੂਬੀਆਂ ਨਹੀਂ ਰੱਖਦਾ ਪਹਿਲੀ ਗੱਲ ਤੇ ਪਰ ਜਿੰਨਾ ਜੋਗੇ ਵੀ ਤੁਸੀਂ ਸਮਝਿਆ ਜਸਾਰੀ ਆਵਾਮ ਨੇ ਜਿੱਦਾਂ ਤੁਸੀਂ ਕਿਹਾ ਕੈਨੇਡੀਅਨ ਪੰਜਾਬੀ ਜੀ ਨੇ ਜਾਂ ਐਨ ਆਰ ਆਈ ਪੰਜਾਬੀ ਜਿੰਨੇ ਵੀ ਮੁਕੰਮਲ ਦੁਨੀਆਂ ਚ ਪ੍ਰਦੇਸੀ ਪੰਜਾਬੀ ਵਸਦੇ ਆ ਤੇ ਉਹ ਮੈਨੂੰ ਬੜੇ ਲਾਡ ਪਿਆਰ ਨਾਲ ਸੁਣਦੇ ਨੇ ਸਰੌਂਦੇ ਨੇ ਅਸੀਸਾਂ ਦਵਾਵਾਵਾਂ ਦਿੰਦੇ ਆ ਤੇ ਮੈਂ ਸਾਰਿਆਂ ਦੇ ਸਦਕੇ ਜਾਣਾ ਹੁਣ ਤੇਸ ਪੰਜਾਬ ਚ ਵੀ ਜਿੱਦਾਂ ਤੁਸੀਂ ਕਿਹਾ ਕਿ ਟਿਕਟਡ ਇਵੈਂਟ ਹੋਇਆ ਜੇਕਰ ਉੱਥੇ ਜਾਣ ਦੀ ਇਹਦੇ ਵਿੱਚ ਪਰੇਸ਼ਾਨੀ ਹੁੰਦੀ ਹੈ ਇੱਕ ਕਿਸਮ ਦੀ ਉਹ ਖੁਸ਼ੀ ਵੀ ਆ ਫਨਕਾਰ ਦੇ ਲਈ ਬਟ ਪਰ ਮੇਰਾ ਖਿਆਲ ਹੈ ਕਿ ਮੈਂ ਉਹਨਾਂ ਇਹੋ ਜਿਹਾ ਫਨਕਾਰ ਬਣਨਾ ਚਾਹੁੰਨਾ ਕਿ ਜੇ ਜਿਹੜਾ ਹਰ ਆਵਾਮ ਦੇ ਨਜ਼ਦੀਕ ਦਾ ਹੋਵੇ ਜਿਹੜੇ ਜਿਹੜਾ ਮੈਂ ਕਹਿ ਸਕਿਆ ਕਿ ਤਖਤ ਬਣਾਇਆ ਇੱਥੇ ਤੁਸੀਂ ਹੀ ਬਿਠਾਇਆ ਤੁਹਾਡੇ ਪਿਆਰ ਦਾ ਜ਼ਰੂਰ ਹੋ ਗਿਆ ਮਸਲੇ ਉਠਾਈਏ ਤਾਂ ਕਿ ਅਸਲੇ ਉਠਾਈਏ ਲੋਕੀ ਕਹਿਣ ਨਾ ਗਰੂਰ ਹੋ ਗਿਆ ਐਸੀਆਂ ਬਰਾਈਆਂ ਮੇਰੇ ਮੌਲਾ ਸਰਤਾਜ ਕੋਲੋਂ ਦੂਰ ਦੂਰ ਰੱਖਿਓ ਪਰਾਂ ਮੇਰੇ ਉਹ ਪਿਆਰਿਓ ਸਰੋਤਿਓ ਮੈਂ ਕਿਵੇਂ ਤੁਹਾਡਾ ਦੇਣ ਦੇਵਾਂ ਸਜਦਾ ਕਰਾਂ ਕੋਈ ਉਸਤਾਖੀ ਤੁਹਾਡੀ ਸ਼ਾਨ ਚ ਨਾ ਹੋ ਜੇ ਮਿੱਥੋਂ ਸਦਾ ਇਸੇ ਗੱਲ ਤੋਂ ਡਰਾਂ ਸੋ ਜੇ ਉੱਥੇ ਤੁਹਾਡੇ ਨਾਲ ਕੋਈ ਵੀ ਥੋੜੀ ਬਹੁਤ ਵੀ ਜਾਂ ਕੀ ਕਹਿੰਦੇ ਹੁੰਦੇ ਆ ਮਿਸ ਮੈਨੇਜਮੈਂਟ ਜਾਂ ਮਿਸ ਬਿਹੇਵ ਹੋਇਆ ਹੋਗਾ ਉਹ ਆਪਣੇ ਵੱਲੋਂ ਸੂਲਾਂ ਦੇ ਪੱਕੇ ਸੀਗੇ ਗੱਲ ਇਹ ਸੀਗੀ ਕਿ ਸਾਨੂੰ ਸੀਗਾ ਕਿ ਥੋੜਾ ਜਿਹਾ ਟਾਈਮ ਮਿਲ ਜਵੇ ਕਿਤੇ ਖੜ ਕੇ ਜਾਂ ਕਿਤੇ ਬੈਠ ਕੇ ਦੇਖ ਲਈਏ ਉਦੋਂ ਤੁਸੀਂ ਵਾਪਸ ਮੁੜਨ ਲੱਗੇ ਤਾਂ ਉਹਨਾਂ ਨੇ ਇਸ਼ਾਰਾ ਕੀਤਾ ਕਿ ਇਹਨਾਂ ਨੂੰ ਆਉਣ ਦਿਓ ਤਾਂ ਮੈਨੂੰ ਲੱਗਿਆ ਕਿ ਸ਼ਾਇਦ ਕੋਸ਼ਿਸ਼ ਸੀਗੀ ਰਜਾ ਸੀਗੀ ਕਿ ਅਸੀਂ ਤੁਹਾਨੂੰ ਸੁਣੀਏ ਹਨਾ ਨਹੀਂ ਨਹੀਂ ਚੰਗਿਆਂ ਨੂੰ ਦੂਰੋਂ ਪਛਾਣੀਆਂ ਜਾਂਦੀਆਂ ਨੇ ਬਿਲਕੁਲ ਮੈਨੂੰ ਇਉਂ ਲੱਗਦਾ ਹੁੰਦਾ ਜਿਵੇਂ ਤੁਸੀਂ ਹਰ ਗੱਲ ਦਾ ਸ਼ਾਇਰੀ ਦੇ ਨਾਲ ਜਵਾਬ ਦੇ ਸਕਦੇ ਹੋ ਹਨਾ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੈਗਾ ਮੈਂ ਕਦੀ ਦਿੰਦਾ ਨਹੀਂ ਆ ਫਿਰ ਜਦੋਂ ਮੈਂ ਦੇ ਹੋ ਜਾਂਦਾ ਸ਼ਾਇਰੀ ਚ ਫਿਰ ਮੈਂ ਸੋਚਦਾ ਕਿ ਯਾਰ ਨਹੀਂ ਬੋਲਣਾ ਨਹੀਂ ਸੀ ਸੋ ਇਤਫਾਕ ਨਾ ਆ ਜਾਂਦਾ ਮੈਂ ਕਦੀ ਜ਼ਬਰਦਸਤ ਇਸ ਤਰ੍ਹਾਂ ਯੋਜਨਾ ਨਹੀਂ ਕੀਤੀ ਜਿਵੇਂ ਨਹੀਂ ਹੁੰਦਾ ਕਿ ਤੁਸੀਂ ਕੰਪਿਊਟਰ ਚ ਕਿਸੇ ਚੀਜ਼ ਤੇ ਕਲਿੱਕ ਕਰੋ ਤੇ ਉਹਦੇ ਨਾਲ ਦੀਆਂ ਫਾਈਲਸ ਖੁੱਲ ਜਾਂਦੀਆਂ ਮੈਂ ਬਹੁਤ ਹੀ ਸਿੰਗਲ ਟਰੈਕ ਨਹੀਂ ਹੁੰਦਾ ਉਹ ਮਾਈਂਡਡ ਬੰਦਾ ਆ ਸੋ ਜਦੋਂ ਤੁਸੀਂ ਮੈਨੂੰ ਕੁਝ ਕਹੋਗੇ ਤੇ ਮੈਨੂੰ ਉਹ ਚੀਜ਼ ਇਤਫਾਕਨ ਯਾਦ ਆ ਜਾਂਦੀ ਕਿ ਛੇਹਰੇ ਤੇ ਕੁਝ ਇਸ ਤਰ੍ਹਾਂ ਦੀਆਂ ਲਾਈਨਾਂ ਲਿਖੀਆਂ ਸੀ ਦੈਟਸ ਹਾਊ